बिस्मिल्लाहिर्रहमानिर्रहीम, अस्सलाम वालेकुम, वेलकम टू अमारसन व्लॉग्स। और अच्छी गल करनी है जी, आज जड़ा पंजाब असेंबली दे विच कल ड्रामा होया, कहंदे ते हंगामा होया, लेकिन मैं यही कहूंगा कि जो सब तो बड़ा ड्रामा होया उहदे बारे थोड़ा की ख्याल आ। और चौधरी परवेज लाई दे तुसीं काम चेक करो कि एक बाह नूं लै के बैठ गया, और एक बंदे ने लिखिया, उहने कहा यार जो चौधरी मरासी आले काम करन लग गया ना, बदुआवां देन लग गया, झोलियां चुक चुक के, ते समझ लो कि पिंड जड़ा के उजड़ गया। ਉਹੀ ਹਿਸਾਬ ਹੋਇਆ ਕਿ ਪ੍ਰਵੇਸ਼ ਲਾਈ ਸਾਹਿਬ ਜਿਹੜੇ ਆ ਕੰਮ ਕਰਨ ਲੱਗੇ ਮਰਾਸੀਆਂ ਵਾਲੇ, ਉਹ ਜ਼ਾਹਰ ਇਹੀ ਹੋਇਆ ਕਿ ਪਿੰਡ ਉਜੜ ਗਿਆ ਔਰ ਪੰਜਾਬ ਅਸੈਂਬਲੀ ਚੌਧਰੀਆਂ ਦੇ ਹੱਥੋਂ ਤੋਂ ਮਤਲਬ ਕਿ ਨਿਕਲ ਗਈ। ਔਰ ਚੌਧਰੀ ਪ੍ਰਵੇਸ਼ ਲਾਈ ਸਾਹਿਬ ਨੂੰ ਮੇਰਾ ਮਸ਼ਵਰਾ ਇਹ ਹੈ ਕਿ ਚੌਧਰੀ ਸਾਹਿਬ ਹੁਣ ਆਰਾਮ ਨਾਲ ਤੁਸੀਂ ਸਿਆਸਤ ਨੂੰ ਖੈਰਬਾਦ ਕਹਿ ਦਿਓ, ਔਰ ਆਪਣਾ ਅੱਲਾ ਤੋਬਾ ਕਰੋ, ਤਸਬੀਹ ਕਰੋ, ਇਸ ਤੋਂ ਇਲਾਵਾ ਤੁਸੀਂ ਹੋਰ ਮਜ਼ੀਦ ਕੁਛ ਕਰ ਨਹੀਂ ਸਕਦੇ, ਕਿਉਂਕਿ ਤੁਹਾਨੂੰ ਚੰਗਾ ਭਲਾ ਅਗਲਿਆਂ ਨੇ ਮੌਕਾ ਦਿੱਤਾ ਸੀ, ਮੁਸਲਿਮ ਲੀਗ ਨੂਨ ਵਾਲਿਆਂ ਨੇ, ਪੀਪਲਸ ਪਾਰਟੀ ਵਾਲਿਆਂ ਨੇ, ਤੁਹਾਡੇ ਘਰ ਆਏ, ਤੁਹਾਨੂੰ ਇੱਜ਼ਤ ਦਿੱਤੀ, ਤੁਹਾਡੇ ਉੱਥੇ ਨਾ ਨੰਬਰ ਵੱਧ ਗਏ ਸੀ, ਠੀਕ ਹੈ। ਤੁਸੀਂ ਵੀ ਮਤਲਬ ਇੱਡੇ ਕੇ ਕਹਿ ਲਓ ਕਿ ਖੈਰ ਖਾ ਪਾਕਿਸਤਾਨ ਦੇ ਵੀ ਕੋਈ ਨਹੀਂ ਹੈ, ਸਮਝ ਲਓ ਕਿ ਤੁਸੀਂ ਇੱਡੇ ਪਲੱਸ ਵੀ ਕੋਈ ਨਹੀਂ, ਚੱਲਣ ਵਾਲੇ ਸਾਨੂੰ ਸਾਰਾ ਹੀ ਪਤਾ, ਤੁਸੀਂ ਜਿੰਨਾ ਮੁਸ਼ਰਫ ਦੇ ਨਾਲ ਵੀ ਚੱਲੇ ਸੀ, ਉਸ ਤੋਂ ਪਹਿਲੇ ਤੁਸੀਂ ਨੂਨ ਲੀਗ ਦੇ ਨਾਲ ਸੀ, ਫਿਰ ਤੁਸੀਂ ਨੂਨ ਲੀਗ ਛੱਡ ਕੇ ਮੁਸ਼ਰਫ ਨੂੰ ਜੁਆਇਨ ਕੀਤਾ, ਹਾਲਾਂਕਿ ਤੁਹਾਨੂੰ ਇੱਕ ਮੌਕਾ ਨੂਨ ਲੀਗ ਨੇ ਫਿਰ ਜ਼ਰੂਰ ਦਿੱਤਾ ਸੀ, ਉਹਨਾਂ ਨੇ ਕਹਿੰਦੀ ਤੁਹਾਨੂੰ ਵਜ਼ਾਰਤ ਆਲਾ ਜਿਹੜੀ ਅਸੀਂ ਆਪਣੀ ਤਰਫੋਂ ਹਾਇਰ ਕਰਦੇ ਹਾਂ, ਲੇਕਿਨ ਤੁਹਾਡੀ ਬਦਕਿਸਮਤੀ ਤੁਹਾਨੂੰ ਤੁਹਾਡਾ ਮੁੰਡਾ ਲੈ ਡੁੱਬਿਆ। ਚੌਧਰੀ ਜਿਹੜਾ ਕੀ ਮੂਨਸ ਲਾਈ ਨੂੰ ਮੈਨੂੰ ਪਤਾ ਨਹੀਂ ਕੀ ਇਮਰਾਨ ਖਾਨ ਦੇ ਵਿੱਚ ਕੀ ਨਜ਼ਰ ਆਇਆ, ਹਾਲਾਂਕਿ ਜਿੰਨੇ ਜਜ਼ਬਾਤੀ ਲੋਕ ਆ ਸਾਰੇ ਇਮਰਾਨ ਖਾਨ ਦੇ ਨਾਲ ਆ, ਉਹ ਇਹ ਸਿਆਣੇ ਕਹਿੰਦੇ ਹੁੰਦੇ ਕਿ ਜਿਹੜੇ ਕੰਮ ਅਕਲ ਲੋਕ ਹੁੰਦੇ ਨਾ, ਉਹਨਾਂ ਨੂੰ ਜਜ਼ਬਾਤੀ ਤਕਾਰੀਰ ਜਿਹੜੀਆਂ ਉਹ ਬੜੀਆਂ ਮੁਤਾਸਰ ਕਰਦੀਆਂ, ਹਾਲਾਂਕਿ ਜਿਹੜੇ ਸਮਝਦਾਰ ਪੜ੍ਹੇ ਲਿਖੇ ਲੋਕ, ਇਲਮ ਰੱਖਣ ਵਾਲੇ ਲੋਕ ਹੁੰਦੇ, ਉਹ ਇਲਮ ਨੂੰ, ਕਾਰਕਰਦਗੀ ਨੂੰ ਔਰ ਵਾਅਦਿਆਂ ਦੇ ਉੱਪਰ ਪੂਰਾ ਉਤਰਨ ਵਾਲੇ ਬੰਦੇ ਨੂੰ ਅਹਿਮੀਅਤ ਦਿੰਦੇ ਹੁੰਦੇ ਆ। ਸਾਡੀ ਪਾਕਿਸਤਾਨੀ ਕੌਮ ਹੈਗੀ ਆ ਜਜ਼ਬਾਤੀ, ਇਸ ਲਈ ਮਤਲਬ ਕਿ ਫੁੱਦੂ ਬਣ ਜਾਂਦੀ ਹਰ ਦਫ਼ਾ। ਔਰ ਹੁਣ ਅਸੀਂ ਗੱਲ ਅੱਜ ਇਹੀ ਸਾਡਾ ਟੋਪਿਕ ਸੀਗੀ ਯਾਰ, ਪ੍ਰਵੇਸ਼ ਲਾਈ ਨਾ ਤਾਂ ਜੋ ਹੋਣੀ ਸੀ ਹੋਣੀ ਸੀ, ਲੇਕਿਨ ਸੁਥਰੀ ਹੋਈ ਯਾਰ, ਮੇਰੇ ਖਿਆਲ ਜਿੱਥੇ ਸੁਥਰੀ ਹੋਈ ਆ ਵੀ ਇਹਨੂੰ ਜਦੋਂ ਵੀ ਨੂਨ ਲੀਗ ਵਾਲੇ ਆਏ ਸੀ, ਮੌਲਾਨਾ ਫਜ਼ਲੂ ਰਹਿਮਾਨ ਆਇਆ ਸੀ, ਉਸ ਤੋਂ ਬਾਅਦ ਜੀ ਸਰਦਾਰੀ ਸਾਹਿਬ ਆਏ ਸੀ ਔਰ ਆਫਰ ਕੀਤੀ ਸੀ ਕਿ ਯਾਰ ਤੂੰ ਦਫ਼ਾ ਮਾਰ, ਤੂੰ ਸਾਡੇ ਵੱਲੋਂ ਵਜ਼ਾਰਤ ਆਲਾ ਦਾ ਇਲੈਕਸ਼ਨ ਆ ਕੇ ਲੜ ਲੈ। ਲੇਕਿਨ ਚੋਰ ਸਾਹਿਬ ਨੂੰ ਪਤਾ ਨਹੀਂ ਕੀ ਹੋ ਗਿਆ, ਚੋਰ ਸਾਹਿਬ ਨੇ ਕਿਹਾ ਜੀ ਨਹੀਂ ਨਹੀਂ ਮੇਰਾ ਮੁੰਡਾ ਨਹੀਂ ਮੰਨਦਾ, ਮੇਰਾ ਮੁੰਡਾ ਕਹਿੰਦਾ ਮੈਂ ਪੀਟੀਆਈ ਦੇ ਨਾਲ ਹਾਂ ਔਰ ਮੈਂ ਇਮਰਾਨ ਖਾਨ ਦੇ ਨਾਲ ਹਾਂ ਔਰ ਮੈਂ ਕਪਤਾਨ ਦੀ ਟੀਮ ਦਾ ਹਿੱਸਾ, ਉਹ ਪਿਆ ਕਪਤਾਨ ਤੇ ਉਹ ਪਈ ਪੀਟੀਆਈ ਦੀ ਟੀਮ ਤੇ ਉਹ ਪਈ ਜੀ ਕਾਫ ਲੀਗ ਦੀ ਵੀ ਹਕੂਮਤ ਵੀ ਗਈ ਔਰ ਵਜ਼ਾਰਤਾਂ ਵੀ ਗਈਆਂ ਔਰ ਇਸ ਤੋਂ ਇਲਾਵਾ ਇਹ ਕਿ ਇੱਜ਼ਤ ਵੀ ਗਈ, ਜਿਹੜੀ ਇੱਜ਼ਤ ਚੌਧਰੀਆਂ ਦੀ ਪੂਰੇ ਪਾਕਿਸਤਾਨ ਦੀ ਸਿਆਸਤ ਦੇ ਵਿੱਚ ਹੈ ਸੀ, ਉਹ ਇੱਜ਼ਤ ਕੱਲ ਜਿਹੜਾ ਪੰਜਾਬ ਅਸੈਂਬਲੀ ਦੇ ਵਿੱਚ ਵਾਕਿਆ ਹੋਇਆ, ਉਹ ਇੱਜ਼ਤ ਜਿਹੜੀ ਆ ਉਹ ਚੌਧਰੀਆਂ ਦੀ ਇੱਜ਼ਤ ਵੀ ਲੈ ਗਈ ਆ। ਹਾਲਾਂਕਿ ਚੌਧਰੀਆਂ ਨੇ ਕੋਈ ਕਿਸੇ ਕਸੂਰਵਾਰ ਨਹੀਂ, ਨਾ ਜ਼ਿੰਮੇਦਾਰ ਆ, ਚੌਧਰੀ ਆਪਣੀ ਕੀਤੀ ਕਰਾਈ ਦੇ ਆਪ ਜ਼ਿੰਮੇਦਾਰ ਆ। ਚੌਧਰੀ ਵਜ਼ਾਰਤ ਆਲਾ ਅਗਰ ਲੈ ਲੈਂਦੇ ਨਾ ਨੂਨ ਲਈ, ਤਾਂ ਯਕੀਨ ਕਰੋ ਕਿ ਚੌਧਰੀਆਂ ਦੀ ਅਗਲੇ 20 ਸਾਲ ਤੱਕ ਸਿਆਸਤ ਜਿਹੜੀ ਆ ਇਨ ਰਹਿਣੀ ਸੀ, ਔਰ ਇਹਨਾਂ ਦੀ ਸਿਆਸਤ ਜਿਹੜੀ ਹੈ ਕਿ ਹੋ ਸਕਦਾ ਸੀ ਕਿ ਅਗਲਾ ਆਉਣ ਵਾਲਾ ਇਲੈਕਸ਼ਨ ਵੀ ਇਹ ਲੈ ਜਾਂਦੇ ਪੰਜਾਬ 'ਚੋਂ, ਕਿਉਂਕਿ ਇੱਕ ਅੱਛਾ ਐਡਮਿਨਿਸਟ੍ਰੇਟਰ ਮੰਨਿਆ ਜਾਂਦਾ ਵਾ ਪਰਵੇਜ਼ ਲਾਈ, ਔਰ ਕਈ ਲੋਕ ਤਾਂ ਕਹਿੰਦੇ ਕਿ ਸ਼ਹਿਬਾਜ਼ ਸ਼ਰੀਫ ਦੇ ਨਾਲੋਂ ਵੀ ਅੱਛਾ ਐਡਮਿਨਿਸਟ੍ਰੇਟਰ ਪਰਵੇਜ਼ ਲਾਈ। ਲੇਕਿਨ ਕੀ ਜਦੋਂ ਉਹ ਐਡਮਿਨਿਸਟ੍ਰੇਟਰ ਨੂੰ ਕੀ ਕਹਿਣਾ ਕਿ ਪਰਵੇਜ਼ ਲਾਈ ਆਪਣੇ ਪਾਉਂ 'ਤੇ ਕਹਿੰਦੇ ਹੁੰਦੇ ਆਪ ਕੁਲਾੜੀ ਮਾਰ ਕੇ ਚਲੇ ਗਿਆ ਔਰ ਆਪਣੀ ਸਿਆਸਤ ਹਮੇਸ਼ਾ ਲਈ ਖਤਮ ਕਰ ਗਿਆ। ਅੱਛੀ ਪਲੀਨਾਂ ਦੀਆਂ ਦੋਸਤੀਆਂ ਯਾਰੀਆਂ ਨੂਨ ਲੀਗ ਨਾਲ ਫਿਰ ਹੋਣ ਲੱਗੀਆਂ ਸੀ, ਲੇਕਿਨ ਉਹ ਦੋਸਤੀਆਂ ਯਾਰੀਆਂ ਫਿਰ ਕਹਿੰਦੇ ਕਿ ਦੁਸ਼ਮਣੀਆਂ ਦੇ ਵਿੱਚ ਹੁਣ ਬਦਲਣ ਦਾ ਟਾਈਮ ਫਿਰ ਇੱਕ ਦਫਾ ਆ ਗਿਆ। ਕੁਦਰਤ ਨੇ ਮੌਕਾ ਦਿੱਤਾ ਸੀ ਚੌਧਰੀਆਂ ਨੂੰ, ਲੇਕਿਨ ਚੌਧਰੀ ਆ ਕਿ ਉਹਨਾਂ ਨੇ ਕਿਹਾ ਨਹੀਂ ਜੀ ਅਸੀਂ ਮੌਕਾ ਨਹੀਂ ਲੈਣਾ, ਅਸੀਂ ਚਗਲ ਚਗਲ ਹੀ ਹੋਣਾ ਵਾ, ਔਰ ਉਹ ਹੋ ਗਏ ਆ। ਠੀਕ ਹੈ ਜੀ, ਤੁਹਾਡਾ ਕੀ ਖਿਆਲ ਆ, ਕਮੈਂਟ ਲਾਜ਼ਮੀ ਕਰ ਦਿਓ, ਚੈਨਲ ਸਬਸਕ੍ਰਾਈਬ ਵੀ ਕਰ ਦਿਓ, ਔਰ ਮੈਨੂੰ ਤਾਂ ਹਾਸਾ ਆਈ ਜਾਂਦਾ ਯਾਰ, ਕੱਲ੍ਹ ਤਾਂ ਦੇਖਦੇ ਕਿ ਚੌਧਰੀ ਨੇ ਜਿੱਦਾਂ ਮਤਲਬ ਪੱਟੀਆਂ ਬੰਨੀਆਂ ਹੋਈਆਂ ਸੀ, ਕਹਿੰਦਾ ਜੀ ਮੇਰੀ ਬਾਂਹ ਟੁੱਟ ਗਈ ਹੈ, ਬਾਂਹ ਤਾਂ ਕੋਈ ਨਹੀਂ ਟੁੱਟੀ, ਉਸੇ ਬਾਂਹ ਨੇ ਇਸ਼ਾਰੇ ਕਰੀ ਜਾਂਦਾ ਇੰਜਨ ਕਰਕੇ, ਚੰਗੀ ਬਾਂਹ ਟੁੱਟੀ ਹੈ ਯਾਰ, ਬਾਂਹ ਤਾਂ ਬਾਲੇ ਬੰਦੇ ਕੋਲ ਤਾਂ ਗੱਲ ਨਹੀਂ ਹੁੰਦੀ, ਬਾਂਹ ਵਾਲੇ ਬੰਦੇ ਕੋਲ ਤਾਂ ਬੈਠਿਆ ਨਹੀਂ ਜਾਂਦਾ, ਬਾਂਹ ਵਾਲੇ ਬੰਦੇ ਕੋਲ ਤਾਂ ਮਤਲਬ ਬਾਂਹ ਦੀ ਮਤਲਬ ਕਿ ਮੂਵਮੈਂਟ ਹੀ ਨਹੀਂ ਹੁੰਦੀ, ਇਹ ਦੁਆ ਮੰਗਣ ਡਿਆ, ਉਹ ਦੁਆ ਮੰਗ ਇਸ਼ਾਰੇ ਇੰਜ ਹੀ ਕਰਨ ਲੱਗਾ ਹੋਇਆ। ਯਾਰ ਖੁਦਾ ਦਾ ਖੌਫ ਕਰ ਚੌਧਰੀ, ਅਸੀਂ ਤੇਰੇ ਨਾਲ ਸੀ, ਤੈਨੂੰ ਪਸੰਦ ਕਰਦੇ ਸੀ, ਲੇਕਿਨ ਤੈਨੂੰ ਲੈ ਡੁੱਬਿਆ ਜੀ ਮੋਨਸ ਲਾਹੀ, ਹੁਣ ਅੱਲਾ ਹਾਫਿਜ਼, ਜਾ ਕੇ ਨਾ ਸਿਰ ਝੱਸ ਕੇ ਤੇ ਸੌ, ਅੱਲਾ ਹਾਫਿਜ਼।